खालसा कॉलेज तो आप मुड़ के इधर तो जिधर आप जाना ना हम आप अगे जाके दुकान लभनी है एक बाकी आप आ गए अपने बंदे को थले रेस्टोरेंट है स्टेप एंड ईट है वड्डे ने डिजाइन किया है तो उपर इन्हों की शॉप है स्टेप एंड स्टाइल खालसा कॉलेज के नाल ही हो रहा उसे आ चलो खाने पीने पहले तो भुख लगी स्टेप एंड स्टाइल तो बाद चलेंगे पहले ईट पर चलिए मिलते हैं थले हम चलो हैप्पी बर्थडे टू यू करने आप मुंडे का मुंडे को एंगेजमेंट की बहुत बधाई हो मुंडे को चेन मिली गिफ्ट मुंडा बाहर कट के विखाउन डिया मैं चेन चलो कुलचे ऑर्डर किए अपना ऑलवेज फेवरेट डिश कहते कुलचा पे लो अपने कुलचे सीट हारी कुलचे कुलचा चैड ओनली चलो खा के फिर आप खा पी के वेले वे त्या भी रहे तक छगी ढिड नहीं जिन्ना खाई जाता है तीन मंगा रहे बस घर भीर वो छत में देखी जाना मैं करा के डिजाइन वधिया चलो बिल बुल देखिए हम कपड़े लेके भी कपड़े लाने इन्हें लाने इन्हें लाने गल बात ही हो रहा है आप वधिया लगी बैठे नींद आ रही है ना ना इन्हें कोई लैना ना कोई देना वेले बहन आ रही मेरे को सोने का है गड्डी जी जा गए एसी हट गए तो सोना कुर्सी लंबी पा गए चलो आपने कराने का बिल आप जो समान जो लफाफा पिया वा ये अपना नहीं अपना पतला वा चलो बाकी मजे हो गए कैसी लगी कैसी लगी आगे स्वाद टोटला समान बनाया जी अपना बिल जी बना सॉक्स आ गया सॉक्स आ गई तेरे वाली घड़ी टोपी आप बोलेंगे दस्तार मैंने की बंदा ਅੱਧਾ ਕੁ ਬਿੱਲ ਆਪਣਾ ਆ ਜੇ ਓਏ ਉੱਡ ਗਿਆ ਉੱਡ ਗਿਆ ਅੱਧਾ ਕੁ ਬਿੱਲ ਆਪਣਾ ਆ ਜੇ ਤੇ ਤੁਹਾਨੂੰ ਆਪਣਾ ਬਿੱਲ ਆ ਜੇ ਬਾਕੀ ਇੱਥੇ ਵੀ ਲੈਣਾ ਕਾਇਓ ਖਾਲਸਾ ਕਾਲਜ ਦੇ ਨਾਲ ਗਲੀ ਸਟੈਪ ਐਂਡ ਸਟਾਈਲ ਥੱਲੇ ਨਾਲ ਰੈਸਟੋਰੈਂਟ ਸਟੈਪ ਐਂਡ ਈਟ ਉਹ ਤੁਹਾਨੂੰ ਪਤਾ ਹੀ ਹੈ ਮਨਪ੍ਰੀਤ ਬ੍ਰਦਰ ਮੇਰੇ ਨੇ ਕੀਤਾ ਜੋ ਵੀ ਡਿਜ਼ਾਈਨ ਬਣਾਈ ਆ
ਤੇ ਸਟੈਪਨ ਸਟਾਈਲ ਆ ਭਾਈ ਨੇ ਲੈਸ ਕਰ ਦਿਆ ਕਰਨ ਕੇ ਚੱਕਰ ਕੋਈ ਆਓ ਇੱਥੇ ਅੱਛੇ ਬਣਾਉਣਾ ਜੇ ਮੁੰਜੀ ਕਰੋ ਆਸਕਵੀਰ ਜੀ ਆਸਕਵੀਰ ਜੀ ਤੁਸੀਂ ਫੋਨ 'ਤੇ ਲੱਗੇ ਰਹਿੰਦੇ ਚਿੱਤ ਪੈਰ ਫੋਨ 'ਤੇ ਲੱਗੇ ਰਹਿੰਦੇ ਮਿਰਚਾਂ ਦੇ ਦੀ ਸਾਨੂੰ ਪਤਾ ਨਹੀਂ ਆਪਣੀ ਸ਼ੋਪਿੰਗ ਹੋ ਗਈ ਡਨ ਦੋ ਗੱਲ ਹੋਵੇ ਆ ਤਾਂ ਬਾਕੀ ਉਹ ਤੁਰਿਆ ਆਉਂਦਾ ਰੇ ਅਤੇ ਚਲੋ ਸ਼ੋਪਿੰਗ ਆਪਣੀ ਹੋ ਗਈ ਆ ਉਹ ਆਪਣੀ ਬੱਗੀ ਲੱਗੀ ਆ ਮਿਲਦੇ ਆ ਫਿਰ ਇੱਥੋਂ ਲੈ ਸਟੈਪ ਐਂਡ ਰੀਚ ਆਹ ਸਟੈਪ ਐਂਡ ਸਟਾਈਲ ਆ ਚਲੋ ਮਿਲਦੇ ਫਿਰ ਅੱਗੇ ਆਪਾਂ ਫਿਰ ਅੰਦਰ ਆ ਗਏ ਹੁਣ ਸ਼ੋਪਿੰਗ ਦਾ ਆਈਸਕ੍ਰੀਮ ਨਾਲ ਇੱਕ ਵਾਰੀ ਚੋਕੋਬਾਰ ਦੇ ਦਿਓ ਹੋਰ ਚੋਕੋਬਾਰ ਹਾਂਜੀ ਆਪਣਾ ਸਮਾਨ ਹੋ ਗਿਆ ਸਿੱਧੂ ਬਾਈ ਆਪਾਂ ਬਸ ਕਿ ਹੁਣ ਮੈਨੂੰ ਸ਼ਕਲ ਭਾਵੇਂ ਉਹੋ ਜਿਹੀ ਆ ਸ਼ਕਲ ਉਹੋ ਜਿਹੀ ਹੋਈ ਆ ਆਵੇ ਹਾਂ ਟੋਰ ਵੀ ਦੀ ਜੇਬਾ ਜਾਤਾ ਪਏ ਮੈਨਾਂ ਇੰਜ ਨਾ ਜਾ ਬੋਰ ਹੋਣ ਡੈਣਾ ਨਾ ਕੋਈ ਨਹੀਂ ਬੋਰ ਹੋਣ ਡੈਣਾ ਅਸੀਂ ਤਾਂ ਨਿਆਣੇ ਦੇ ਕੱਪੜੇ ਲੈ ਲਈ ਜਾਂਦੇ ਹਾਂ ਮੂੰਹ ਲਵੇਕੀ ਜਾਂਦਾ ਸਾਡੇ ਇਹਦੀ ਵਾੜੀ ਆਊਗੀ ਕੋਈ ਨਹੀਂ ਮਿਲਦੇ ਹਨ ਜਿੰਨਾ ਲੈਣਾ ਹੈ ਉਦੋਂ ਸ਼ਰਟ ਸ਼ਰਟ ਲਈਆਂ ਜਿਹੜੀਆਂ ਉਹ ਪਈਆਂ ਅਤੇ ਬਾਕੀ ਕੀ ਬਿੱਲ ਬਣਦਾ ਜਿੰਨਾ ਸਾਡੇ ਬਿੱਲ ਸਾਡੇ ਆਲਰੇਡੀ ਬੜੀ ਕੁਆਂਟਿਟੀ ਪਈ ਹੋਏ 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 ਜਰਾਬਾਂ ਹੀ ਲੈ ਲਾ ਜਰਾਬਾਂ ਦੇ ਵੀ 20 ਜੋੜੇ ਪਏ ਹੋਣੇ ਪਤਾ ਮੈਨੂੰ ਦੇਰੀ ਵੀ ਨਹੀਂ ਮੈਂ ਨਵੇਂ ਲੈਣੇ ਮੈਂ ਇੱਥੇ ਵੀ ਆਪਾਂ ਕਰਾ ਲਈ ਆ ਡਿੱਗੀ ਤੁਹਾਡਾ ਇੱਥੋਂ ਆਪਾਂ ਲੈ ਲਿਆ ਥੋੜ੍ਹਾ ਬਹੁਤ ਸਮਾਨ ਅਤੇ ਥੋੜ੍ਹਾ ਬਹੁਤ ਇੱਥੋਂ ਮਹਿੰਗਾ ਹੋਇਆ ਪਹਿਲੇ ਵਾਲੀ ਥਾਂ ਹੈ ਨਾ ਚਲੋ ਬਾਕੀ ਤਾਂ ਪਸੰਦ ਸੀ ਤਾਂ ਲੈ ਲੂ ਲੈਣ ਲਓ ਜੀ ਆਪਾਂ ਫਿਰ ਆ ਗਏ ਸਟੈਪ ਐਂਡ ਸਟਾਈਲ ਵਾਲਿਆਂ ਦੇ ਮੁੜ ਘੁੜ ਪੈਂਟਾਂ ਲੈਣ ਆਏ ਆਪਣੀਆਂ ਪੈਂਟਾਂ ਸਹੀ ਹੋਣੀਆਂ ਸੀਗੀਆਂ ਉਹ ਹੋਣ ਡੀਆਂ ਮੇਰੇ ਹਿਸਾਬ ਨਾਲ ਜੀ ਚਲੋ ਪੈੜੀ ਨਾਲ ਪੁੱਛਦੇ ਹਾਂ ਇੱਕ ਪੈਂਟਾਂ ਹੀ ਲੈਣੀਆਂ ਜਿਹੜੀਆਂ ਸਹੀ ਹੋਣ ਦਿੱਤੀਆਂ ਸੀ ਆਹ ਸ਼ਰਟਾਂ ਦਾ ਖਲਾਰਾ ਪਾ ਕੇ ਬੈਠਾ ਜਾਣ ਵੇਖ ਲਓ ਉਹ ਟੀ ਸ਼ਰਟਾਂ ਦਾ ਪਾਉਣ ਲੱਗਾ ਇੰਨੇ ਤਾਂ ਮੈਂ ਨਹੀਂ ਕੱਪੜੇ ਲਏ ਜਿੰਨੇ ਲਈ ਜਾਂਦੇ ਆ ਇੰਨੇ ਤਾਂ ਮੈਂ ਨਹੀਂ ਲਏ ਅੱਜ 6-7 ਹਜ਼ਾਰ ਮੇਰਾ ਬਣਿਆ ਤੁਸੀਂ ਤਾਂ ਜ਼ਿਆਦਾ ਹੀ ਆਊਗੀ ਤੁਹਾਡਾ ਲੈ ਲੈ ਕਿੰਨਾ ਸੀ ਤੂੰ ਕਿੰਨੇ ਦਿਨ ਹੋਇਆ ਕਿੰਨੇ ਦਿਨ ਜੋ ਠੇਕੇ ਕੀ ਤਰਫ ਸੀ ਵਾਧਿਆ ਕਿੰਨੇ ਦੇ ਦੋ ਕੁਝ ਦਿਆ ਆਪਣੇ 13-13 ਗਾਉਂ ਦੇ ਬਣਿਆ ਹੈ 13 ਗਾਉਂ ਦੇ ਲੈ ਤੂੰ ਨਾ ਉਹਦੇ 14 ਹੋ ਜਾਈਗੇ ਯਾਰ ਆਪਾਂ ਗਰਮੀਆਂ ਦੇ ਖੜਨੇ ਸਾਰੇ ਥੋੜੀ ਮੇਰੇ ਆ ਅੱਧੇ ਉਹਦੇ ਆ ਸਾਰੇ ਤੇਰੇ ਕੱਚੇ ਬਣਾਉਣਾ ਜਾਂਦੇ ਉਹਦੇ ਆ ਆਹੋ ਉਹ ਮਹਿੰਗੇ ਆ ਉਹ ਪਾ ਕੇ ਦੇਖੋ ਲਾਈਨਿੰਗ ਆਈਡੀ ਹਾਂ ਹਾਂ ਪਾ ਕੇ ਆ ਵੀ ਮੈਨੂੰ ਸਮਝ ਲੱਗੀ ਯਾਰ ਤੈਨੂੰ ਪਤਾ ਨਹੀਂ ਕਿਉਂ ਨਹੀਂ ਲੱਗੀ ਕਲਰ ਪਾਇਆ ਸੋਹਣਾ ਲੱਗਦਾ ਇਹਨੂੰ ਵੀ ਨਾਲ ਰੱਖ ਲੈ ਵੀਰ ਤੈਅ ਲਾ ਤਾ ਚੰਗੀ ਤਰ੍ਹਾਂ ਇਹ ਕਿਹੜੀ ਤੈਅ ਲਓ ਜੀ ਆ ਫਿਰ ਸਾਰਾ ਸਮਾਨ ਆਪਾਂ ਕਢਾ ਲਿਆ ਜੀ ਨਹੀਂ ਆਹ ਨਹੀਂ ਜੀ ਬਾਕੀ ਸਮਾਨ ਆਪਣਾ ਆਹ ਵਾ ਟੀਸ਼ਰਟ ਆਹ ਵਾ ਇੱਕ ਆਹ ਮੇਰੀ ਆ ਇੱਕ ਆਹ ਅਤੇ ਉਹ ਪਿੰਕ ਜੀ ਮੈਨੂੰ ਘੰਟ ਲੱਗੀ ਸਾਈਜ਼ ਨਹੀਂ ਆਉਣਾ ਰੈਗੂਲਰ ਐਡਜਸਟ ਹੀ ਸਭ ਤੋਂ ਹੈਵੀ ਸਟਾਫ ਹੈ ਚਲੋ ਸਾਰੇ ਵੀ ਆਹ ਭੁੱਲੋ ਹੋਰ ਵੇਖੀ ਜਾਂਦਾ ਸਭ ਬੈਠਾ ਤੇ ਸਟੂਲ ਨਹੀਂ ਲੈਣਾ ਸਟੂਲ ਪਿਆ ਵਾ ਕੰਫਰਟ ਲਓ ਜੀ ਆਪਣਾ ਆਹ ਸਮਾਨ ਹੋ ਗਿਆ ਲੱਗਾ ਜੇ ਹੁਣ ਫਿਰ ਵੇਖੋ ਕਿੰਨਾ ਬਣਦਾ ਚੱਗੇ ਆਣ ਚੱਗੇ ਆਣ ਚੱਗੇ ਭਾਈ ਪਹਿਲਾਂ ਰੱਖ ਲਿਆ ਆਪਣਾ ਲਓ ਜੀ ਆਹ ਫਿਰ ਸਾਡਾ ਇੰਨਾ ਰੱਜ ਹੋ ਗਿਆ ਜੀ ਇਸ ਬੰਦੇ ਨੂੰ ਫਿਰ ਨਹੀਂ ਰੱਜ ਆਉਂਦਾ ਤਾਂ ਫਿਰ ਆਉਂਦਾ ਵਾਲਾ ਲੋਹਾ ਲਾਉਣਾ ਤੂੰ ਆਹ ਵਾਲਾ ਕੱਚਾ ਲੈ ਆਹ ਵਾਲਾ ਆਪਣੀ ਗੱਡੀ ਲੱਗੀ ਆ ਤੇ ਹੁਣ ਸ਼ੂਜ਼ ਵੇਖਣੇ ਫਿਰ ਅੱਗੇ ਚਲੋ ਆਪਣਾ ਟੋਟਲ ਸਮਾਨ ਜੇ ਜ਼ਿਆਦਾ ਨਹੀਂ ਥੋੜ੍ਹਾ ਹੀ ਉਦਾਂ ਚਲੋ ਮਾਰ ਤਾਂ ਡਿੱਗੀ ਮੁੰਡੇ ਇੰਨਾ ਕੁ ਬਥੇਰਾ ਅੱਜ ਬਾਰੀ ਮਾਰ ਦੋ ਉਹਨੇ ਲੈ ਨਹੀਂ ਲਾ ਕੇ
चलो लगे मिलते हो जी आप आ गए आउटलेट इधर नहीं मैं पता कि इधर भी आ प्रोग्राम बन गया वा इधर तैयारी दस दवा वही तकड़ा शुरू है नाल मोची होनी भी है मोची होनी जिती जाती किसी ने कंडोनी हो चलो इसे आप ड्रोन डाक वेना तो धुप बहुत ज्यादा आ तो जो पहले जो शू वगैरह वेख लें धुप का वेख लें जो थोड़ा बहुत ठंड हों काम फिर ड्रोन लाने कड़ तो लिया भी देना की ख्याल जी ख्याल ये कि हम आप बूट ले लिया थोड़ा ठंडा जूस फिर आप ड्रोन ला लाँगे इदा कर लिए हाँ चलो फिर इदा कर लें फिर अल्दी घड़ी ड्रोन ला दो बूट लाया बूट लाया ड्रोन अपना गड्डी कढ़ दे आपां लगी बगी बगी एक स्टप नहीं लगी टायर का व्हील गड्डी चढ़ गई पिया चलो आप जाने हूँ मैंने डाने हूँ ड्रोन इधर ही है माड़े मोड़ जो ड्रोन छोड़ लिया ड्रोन की सैटिंग होने वाली अपने को आए हैं तो ड्रोन छोड़ा तुम वेख लेने माड़े मोड़े जो आए आज इंसान फोटो खिचाने खड़ोती वा वह आंता मेरी खिच आंता मेरी खिच तो पिछला आंता कि मेरी खिच तो तेने हम छित्रो छित्री हो नहीं आए बस मेरी खिच हो रही है इतने लै लै सब अगे आ गए है कितना कह इतना कह लो जी अपना फोटो शूट हो गया वा सारे दी आइडिया मैं थले मैनशन कर देनी वा जाके तो सारे दी आइडिया वेख लियो एक थां ते तिना तिना ने अड अड फोटो खिचाई आ बंदे ने जेड़ी भी इंस्टाग्राम ते वीडियो जां फोटो पाई होगी किन्ने किन्ने कमेंट करने ते और ट्रेन पलट चुकी आ असीं सिद्धी नहीं करनी हुण साडी वाणी हैगी असीं आपो अपनी गड्डी तक चले आ घर आपो अपने इको गड्डी ते इको गड्डी लैंदी आपां जेड़ी उत्ते आपां चले आ घर नूं नहीं आना खाण पीण जाणा ते भुख लगी बहुत ज्यादा ते बूट वी लैणे आ अजे शूज़ वी लैणे आ शूज का पता नहीं यार लेने कि नहीं लेने पक्की गल 100% चलो फिर पक्की गल आ अपनी बग्गी खड़ी आ चलो बग्गी दे आपां चलदे हुण पिंड नूं ते फिर वेखदे हां बूट बाड़ उत्थे लैने नाले खाने पीने भुख बहुत लगी खत्म हो गई खत्म हो गए टाइम की हो गया वा टाइम 6:15 हो गए आ ते चलो मिलदे फिर कितना लो भी मित्रो आपां आ गए घरे ते सारी दिहाड़ी लै आ विखाई ओए इहदा डिग्गी खोलो डिग्गी खोलो आयो सी डिग्गी खोलो फिर अद्धा कप आगे थलो तू कट देना चलो ओदा इन्हें डेढ़ घंटे ला देना खोलन दे ऐदा ही सही है आप आ गए पंज तारे चलो आप इतने बहने खाने पीने चलो खाने पीने फिर मिलते ब्रो अखा ये ही मारना भाई इसीलिए समझ रहे हो आप समझ रहे हो चटनी मिला
ਸਭ ਤੋਂ ਕਾਲਾ ਬੰਦਾ ਦੂਜਾ ਕਾਲਾ ਬੰਦਾ ਭੁੱਖ ਸਾਰੇ ਨੂੰ ਲੱਗੀ ਆ ਉਹਨੇ ਵੀ ਛਪੜਿਆ ਮੈਂ ਹੀ ਰਹਿ ਕਾ ਵੀ ਹਾਰਡ ਕੋਈ ਨਾ ਟਾਈਮ ਨਾਲ ਛੁੱਟ ਕਰਨ ਅਸੀਂ ਖਾਣਾ ਪੀਣਾ ਫਿਰ ਮਿਲਦੇ ਆ ਅਖੀਰ ਤੇ ਮਿਲਾਂਗੇ ਹੈ ਮੇਰੀ ਚਟਨੀ ਨਹੀਂ ਮਿਲਾ ਮੰਗਾਉਂਦੇ ਮੰਗਾਉਂਦੇ ਖਾ ਪੀ ਕੇ ਅਖੀਰ ਤੇ ਮਿਲਦੇ ਆ ਇਹ ਚੱਲਾ ਜੀ ਤੇ ਇਹ ਤੁਹਾਡਾ ਬਾਬਾ ਆਪਾਂ ਜੇ ਬੈਠੇ ਆ ਦੋ ਤਿੰਨ ਜਣੇ ਆਪਾਂ ਬੈਠੇ ਆ ਆਪਾਂ ਇਹ ਖਾ ਪੀ ਕੇ ਫਿਰਨਾ रजिया दाल मैं दादे जे अं सिबू घर ना पहुंचे मतलब के घरे ना पहुंचे ना सानू वेख लियो आगे मरे आ भी ड्राइवर जी साडा अड्डा जे घरे ना सिबू पहुंचे फिर ला लियो हिसाब अभी नहीं आते अच्छ है सब की विचार बाबे को कहते बाबे को पहुंचा के छड़ना अजू पता है बुलट स्टार्ट एक हो नहीं दिया बहुत थक गए हूँ दस्यो कमेंट चाहिए व्लॉग किदा लग्या लाइक शेयर एंड सब्सक्राइब जरूर करियो सत श्री अकाल।